ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਅਪਡੇਟ ਵਾਲੀ ਸਾਂਝੀ ਕਰਨ ਲੱਗਿਆ, ਵੱਡੀ ਅਪਡੇਟ ਜਿਹੜੀ ਨਿਕਲ ਗਈ ਹੈ ਪੰਜਾਬ ਪੁਲਿਸ ਵਿਭਾਗ ਵੱਲੋਂ ਨਿਕਲ ਗਈ। ਦੋਸਤੋ, ਪੰਜਾਬ ਪੁਲਿਸ ਵਿਭਾਗ ਵੱਲੋਂ ਇੰਟੈਲੀਜੈਂਸ ਕੈਡਰ ਦੀ ਭਰਤੀ ਆਈ ਸੀ। ਇੰਟੈਲੀਜੈਂਸ ਕੈਡਰ ਯਾਨੀ ਕਿ ਖੁਫੀਆ ਕੈਡਰ ਦੀ ਇਹ ਭਰਤੀ ਹੈ, ਠੀਕ ਹੈ। ਇੰਟੈਲੀਜੈਂਸ ਨੂੰ ਖੁਫੀਆ ਕੈਡਰ ਜਿਹੜਾ ਕਹਿ ਜਾਂਦਾ ਪੰਜਾਬੀ 'ਚ, ਤੇ ਖੁਫੀਆ ਕੈਡਰ ਦੇ ਵਿੱਚ ਇੰਟੈਲੀਜੈਂਸ ਅਸਿਸਟੈਂਟ ਰੱਖਣੇ ਸੀ ਤੇ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਜਿਹੜੇ ਕਾਂਸਟੇਬਲ ਰੱਖਣੇ ਸੀ PBI ਦੇ, ਠੀਕ ਹੈ ਜੀ। ਤਾਂ ਦੋ ਤਰ੍ਹਾਂ ਦੀਆਂ ਇਹਦੇ ਵਿੱਚ ਪੋਸਟਾਂ ਸੀਗੀਆਂ। ਤਾਂ ਇਹਦਾ ਦੋਸਤੋ ਰਿਜ਼ਲਟ ਆ ਚੁੱਕਿਆ, 2021 ਦੀਆਂ ਇਹ ਭਰਤੀਆਂ ਸੀਗੀਆਂ ਸਾਰੀਆਂ ਭਰਤੀਆਂ। ਇਹਨਾਂ ਦੇ ਵਿੱਚੋਂ ਸਿਰਫ ਇਸੇ ਭਰਤੀ ਦਾ ਰਿਜ਼ਲਟ ਬਾਕੀ ਸੀ ਤੇ ਇਸ ਭਰਤੀ ਦਾ ਰਿਜ਼ਲਟ ਆਉਣ ਨਾਲ 2021 ਭਰਤੀਆਂ ਦਾ, ਸਾਰੀਆਂ ਭਰਤੀਆਂ ਦੇ ਰਿਜ਼ਲਟ ਆ ਚੁੱਕੇ ਆ, ਠੀਕ ਹੈ। ਲਗਭਗ ਤੁਸੀਂ ਕਹਿ ਸਕਦੇ ਹੋ ਵੀ ਹੁਣ ਰਿਜ਼ਲਟ ਦੀ ਡਿਮਾਂਡ ਕਿਸੇ ਦੀ ਕੀਤੀ ਨਹੀਂ ਜਾਊਗੀ 2021 ਭਰਤੀ ਦੀ, ਠੀਕ ਹੈ ਜੀ, ਆਪਾਂ ਇਹ ਕਹਿ ਸਕਦੇ ਹਾਂ। ਤੇ ਇਹਦੇ ਵਿੱਚ ਦੋਸਤੋ ਸਿਲੈਕਸ਼ਨ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ ਇਨਵੈਸਟੀਗੇਸ਼ਨ ਕੈਡਰ ਦੀਆਂ ਕੈਟੇਗਰੀ ਵਾਈਜ਼ ਤੇ ਆਪਣੀਆਂ ਤੁਹਾਡੀਆਂ ਇੰਟੈਲੀਜੈਂਸ ਕੈਡਰ ਦੀਆਂ ਕੈਟੇਗਰੀ ਵਾਈਜ਼। ਤੇ ਜੇ ਕੱਟ ਆਫ ਦੀ ਗੱਲ ਕਰੀਏ ਤਾਂ ਕੱਟ ਆਫ ਇਹਦੀ ਨੋਟ ਕਰ ਲਓ ਦੋਸਤੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਟੈਲੀਜੈਂਸ ਕੈਡਰ ਦੀ, ਠੀਕ ਹੈ, ਯਾਨੀ ਕਿ ਇਨਵੈਸਟੀਗੇਸ਼ਨ ਕੈਡਰ ਦੀ, ਸੋਰੀ ਗਲਤ ਕਹਿ ਗਿਆ ਮੈਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਜਿਹੜੇ ਕਾਂਸਟੇਬਲ ਰੱਖਣੇ ਸੀ, ਇਹਦੀ ਮੈਰਿਟ ਥੋੜ੍ਹੀ ਹਾਈ ਗਈ ਆ ਕਿਉਂਕਿ ਇਹਦੇ ਵਿੱਚ ਸੀਟਾਂ ਘੱਟ ਸੀ, ਪੋਸਟਾਂ ਘੱਟ ਸੀ, ਠੀਕ ਹੈ। ਤੇ ਬਾਕੀ ਇਹਦੇ 'ਚ ਜਿਹੜੇ ਕੈਂਡੀਡੇਟ ਸੀਗੇ ਉਹ ਨੋਨ ਕੰਪਿਊਟਰ ਵਾਲੇ ਕੈਂਡੀਡੇਟ ਸੀਗੇ, ਠੀਕ ਹੈ, ਇਸ ਕਰਕੇ ਇਹਦੀ ਕੱਟ ਆਫ ਜਿਹੜੀ ਜ਼ਿਆਦਾ ਗਈ ਆ। ਤੇ ਇਹਦੇ ਵਿੱਚ ਦੋਸਤੋ ਨੋਟ ਕਰ ਲਓ ਜਨਰਲ ਕੈਟੇਗਰੀ ਦੀ ਜਿਹੜੀ ਕੱਟ ਆਫ, ਇਨਵੈਸਟੀਗੇਸ਼ਨ ਕਾਂਸਟੇਬਲ ਦੀ ਕੱਟ ਆਫ ਦੱਸੂਗਾ ਹੁਣ ਮੈਂ ਅੱਗੇ, ਜਿੰਨੀਆਂ ਵੀ ਕੈਟੇਗਰੀਜ਼ ਦੀ ਕੱਟ ਆਫ ਦੱਸੂਗਾ, ਉਸ ਤੋਂ ਬਾਅਦ ਇੰਟੈਲੀਜੈਂਸ ਦੀ ਦੱਸੂਗਾ, ਠੀਕ ਹੈ। ਤਾਂ ਇਨਵੈਸਟੀਗੇਸ਼ਨ ਕਾਂਸਟੇਬਲ ਜਨਰਲ ਕੈਟੇਗਰੀ ਮੇਲ ਕੈਂਡੀਡੇਟ ਦੀ ਕੱਟ ਆਫ 117 ਗਈ ਹੈ, ਭਾਵ ਕਿ ਲਾਸਟ ਕੈਂਡੀਡੇਟ ਕਿਹੜਾ ਜੀ, 117 ਵਾਲਾ ਜਿਹਦੀ ਸਿਲੈਕਸ਼ਨ ਹੋਈ ਹੈ। ਉਸ ਤੋਂ ਬਾਅਦ ਜਨਰਲ ਫੀਮੇਲ ਦੀ ਕੱਟ ਆਫ 107 ਗਈ ਹੈ ਜੀ। ਉਸ ਤੋਂ ਬਾਅਦ ਤੁਹਾਡੀ EWS ਦੀ ਕੱਟ ਆਫ ਮੇਲ ਦੀ 115 ਤੇ ਫੀਮੇਲ EWS 105, ਤੇ ਉਸ ਤੋਂ ਬਾਅਦ ਜੀ ਮੇਲ OBC ਦੀ ਕੱਟ ਆਫ ਤੁਹਾਡੀ 115 ਤੇ ਫੀਮੇਲ OBC ਦੀ 104, ਦੈਨ ਤੁਹਾਡੀ ਮੇਲ SCRO ਦੀ ਕੱਟ ਆਫ 113 ਤੇ ਫੀਮੇਲ SCRO ਦੀ 99 ਤੇ ਮੇਲ SCMB ਦੀ ਕੱਟ ਆਫ 102 ਤੇ ਫੀਮੇਲ SCMB ਦੀ ਕੱਟ ਆਫ ਤੁਹਾਡੀ 85 ਗਈ ਆ ਦੋਸਤੋ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਇੰਟੈਲੀਜੈਂਸ ਅਸਿਸਟੈਂਟ ਦੀ ਆਪਾਂ ਗੱਲ ਕਰਾਂਗੇ। ਇੰਟੈਲੀਜੈਂਸ ਕੈਡਰ ਦੇ ਵਿੱਚ ਜਿਹੜੇ ਇੰਟੈਲੀਜੈਂਸ ਅਸਿਸਟੈਂਟ ਰੱਖਣੇ ਆ ਉਹਨਾਂ ਦੀ ਕੱਟ ਆਫ ਨੋਟ ਕਰ ਲਓ। ਕੱਟ ਆਫ ਦਾ ਮਤਲਬ ਹੈ ਕਿ ਲਾਸਟ ਕੈਂਡੀਡੇਟ ਕੌਣ ਹੈ ਜਿਹਦੀ ਇੰਨੇ ਨੰਬਰਾਂ ਤੇ ਸਿਲੈਕਸ਼ਨ ਹੋਈ ਹੈ, ਠੀਕ ਹੈ ਜੀ, ਉਹ ਕੱਟ ਆਫ ਜਿਹੜੀ ਹੁੰਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ। ਤੇ ਹੁਣ ਇੰਟੈਲੀਜੈਂਸ ਵਾਲੇ ਨੋਟ ਕਰੋ ਜੀ, ਜਨਰਲ ਕੈਟੇਗਰੀ ਮੇਲ ਦੀ ਕੱਟ ਆਫ ਜਿਹੜੀ ਗਈ ਹੈ 109 ਗਈ ਹੈ ਜੀ ਇੰਟੈਲੀਜੈਂਸ ਦੀ, ਤੇ ਜਨਰਲ ਕੈਟੇਗਰੀ ਫੀਮੇਲ ਦੀ ਕੱਟ ਆਫ 97 ਗਈ ਹੈ ਜੀ, ਤਾਂ ਕਾਫੀ ਫਰਕ ਹੈ। ਉਸ ਤੋਂ ਬਾਅਦ EWS ਮੇਲ ਦੀ ਕੱਟ ਆਫ 102 ਗਈ ਹੈ ਤੇ ਫੀਮੇਲ EWS ਦੀ ਕੱਟ ਆਫ 91 ਗਈ ਹੈ। ਤਾਂ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਘੱਟੋ ਘੱਟ ਮੇਰਾ ਖਿਆਲ ਹੈ 11 ਨੰਬਰ ਦਾ ਇਹਦੇ 'ਚ ਫਰਕ ਹੈ ਟੋਟਲ। ਦੈਨ ਤੁਹਾਡੀ OBC ਮੇਲ ਦੀ ਕੱਟ ਆਫ ਇੰਟੈਲੀਜੈਂਸ ਦੀ 106 ਗਈ ਹੈ ਜੀ, OBC ਫੀਮੇਲ ਦੀ 91 ਗਈ ਹੈ ਜੀ। ਦੈਨ ਮੇਲ ਦੀ SCRO ਦੀ ਫੀਮੇਲ SCRO ਮੇਲ ਦੀ ਕੱਟ ਆਫ ਇੰਟੈਲੀਜੈਂਸ ਦੀ 103 ਹੈ ਜੀ। ਉਸ ਤੋਂ ਬਾਅਦ SCRO ਫੀਮੇਲ ਦੀ ਜਿਹੜੀ ਕੱਟ ਆਫ ਹੈ ਤੁਹਾਡੀ ਇੰਟੈਲੀਜੈਂਸ ਦੀ ਉਹ 99 ਹੈ ਜੀ। ਉਸ ਤੋਂ ਬਾਅਦ SCMB ਮੇਲ ਦੀ ਕੱਟ ਆਫ 88 ਹੈ ਜੀ ਤੇ SCMB ਫੀਮੇਲ ਦੀ ਕੱਟ ਆਫ ਜਿਹੜੀ 77 ਗਈ ਹੈ ਜੀ। ਤਾਂ ਇਹ ਜਿਹੜੀਆਂ ਮੇਨ ਕੈਟੇਗਰੀਜ਼ ਤੁਹਾਨੂੰ ਦੱਸੀ ਹੈ ਕੱਟ ਆਫ, ਠੀਕ ਹੈ। ਬਾਕੀ ਕੁਛ ਕੁ ਕੈਟੇਗਰੀਆਂ 'ਚ ਕੱਟ ਆਫ ਜਿਹੜੀ ਕਾਫੀ ਘੱਟ ਗਈ ਹੈ ਕਿਉਂਕਿ ਕੁਛ ਕੁ ਦੇ ਵਿੱਚ ਤਾਂ ਮੇਰਾ ਖਿਆਲ ਕੈਂਡੀਡੇਟ ਪੂਰੇ ਵੀ ਨਹੀਂ ਹੋਏ, ਠੀਕ ਹੈ। ਜਿਵੇਂ ਫਰੀਡਮ ਫਾਈਟਰ ਕੈਟੇਗਰੀ ਤੁਸੀਂ ਗੱਲ ਕਰੋਗੇ ਤਾਂ ਫਰੀਡਮ ਫਾਈਟਰ ਦਾ ਜੇ ਆਪਾਂ ਇੰਟੈਲੀਜੈਂਸ ਦਾ ਦੇਖੀਏ
ਤਾਂ ਫਰੀਡਮ ਫਾਈਟਰ ਕੈਟੇਗਰੀ ਦੇ ਵਿੱਚ ਦੋਸਤੋ ਇੰਟੈਲੀਜੈਂਸ ਦੇ ਵਿੱਚ ਸਿਰਫ 9 ਬੱਚੇ ਜਿਹੜੇ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ, ਠੀਕ ਹੈ ਜੀ। ਤਾਂ ਇੱਦਾਂ ਇੱਦਾਂ ਕਰਕੇ ਕਾਫੀ ਘੱਟ ਬੱਚੇ ਹੈਗੇ ਆ, ਹਾਲਾਂਕਿ ਸੀਟਾਂ ਮੇਰਾ ਖਿਆਲ 'ਚ ਹੈਗੀਆਂ ਸੀਗੀਆਂ, ਠੀਕ ਹੈ। ਅਤੇ ਚਲੋ ਬਹੁਤ ਬਹੁਤ ਮੁਬਾਰਕਾਂ ਜਿਹੜੇ ਵੀ ਕੈਂਡੀਡੇਟਸ ਦੀ ਸਿਲੈਕਸ਼ਨ ਹੋਈ ਹੈ ਜੀ। ਅਤੇ ਹੁਣ ਆਪਣਾ ਜੋ ਵੀ ਗਰੁੱਪ ਵਗੈਰਾ ਕ੍ਰੀਏਟ ਕਰ ਲਓ, ਜਿਹੜੇ ਵੀ ਸਿਲੈਕਟ ਹੋਏ ਹੋ ਵਟਸਐਪ ਗਰੁੱਪ ਵਗੈਰਾ ਬਣਾ ਲਓ, ਠੀਕ ਹੈ, ਇੱਕ ਜਗ੍ਹਾ 'ਤੇ ਜੁੜ ਜਾਓ, ਅਤੇ ਤਾਂ ਕਿ ਤੁਹਾਨੂੰ ਜਿਹੜਾ ਨੈਕਸਟ ਪ੍ਰੋਸੈਸ ਤੁਸੀਂ ਕਰਨਾ ਹੈ, ਕਰਵਾਉਣਾ ਹੈ, ਉਹ 'ਚ ਤੁਹਾਨੂੰ ਆਸਾਨੀ ਹੋ ਜਾਵੇ, ਠੀਕ ਹੈ ਜੀ। ਕਿਉਂਕਿ ਇੱਥੇ ਦੇਖੋ ਦੋ ਚੀਜ਼ਾਂ ਨੇ, ਹੁਣ ਇੱਥੇ ਨਾ ਦੋ ਪੋਸਟਾਂ ਸੀ ਇਹ ਅਲੱਗ ਅਲੱਗ। ਹੁਣ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦਾਂ ਵੀ ਜਿਹੜੇ ਤਾਂ ਦੇਖੋ ਇਨਵੈਸਟੀਗੇਸ਼ਨ ਕਾਂਸਟੇਬਲ ਵਾਲੇ ਕੈਂਡੀਡੇਟ ਹੋਣਗੇ, ਉਹਨਾਂ ਦਾ ਡਾਟਾ ਸਾਰਾ ਚਲਾ ਜਾਏਗਾ ਦੋਸਤੋ PBI ਕੋਲ। PBI ਯਾਨੀ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ। ਅਤੇ ਜਿਹੜੇ ਇੰਟੈਲੀਜੈਂਸ ਵਾਲੇ ਕੈਂਡੀਡੇਟ ਹੋਣਗੇ ਜੀ, ਇਹਨਾਂ ਦਾ ਡਾਟਾ ਚਲਾ ਜਾਣਾ ਜੀ ਇੰਟੈਲੀਜੈਂਸ ਹੈੱਡਕੁਆਟਰ, ਯਾਨੀ ਕਿ ਜੋ ਕਿ ਮੋਹਾਲੀ ਦੇ ਵਿੱਚ ਹੈ, ਉੱਥੇ ਚਲਾ ਜਾਣਾ, ਠੀਕ ਹੈ। ਭਾਵ ਕਿ ਇਹ ਹੁਣ ਸੈਪਰੇਟ ਸੈਪਰੇਟ ਜਗ੍ਹਾ 'ਤੇ ਤੁਹਾਡਾ ਕੰਮ ਚੱਲਣਾ, ਠੀਕ ਹੈ ਜੀ। ਤਾਂ ਹੁਣ ਤੁਸੀਂ ਉਸ ਹਿਸਾਬ ਨਾਲ ਆਪਣੀ ਜੋ ਵੀ ਸੈਟਲਮੈਂਟ ਕਰਨੀ ਹੈ ਜਾਂ ਜੋ ਵੀ ਤੁਸੀਂ ਉੱਥੇ ਸੰਪਰਕ ਕਰਨਾ ਅਥਾਰਿਟੀ ਨੂੰ, ਠੀਕ ਹੈ, ਤਾਂ ਕਿ ਤੁਹਾਨੂੰ ਜਿਹੜਾ ਨੈਕਸਟ ਪ੍ਰੋਸੈਸ ਹੈ ਤੁਹਾਡਾ ਉਹ ਜਲਦੀ ਜਿਹੜਾ ਸਟਾਰਟ ਹੋ ਸਕੇ, ਠੀਕ ਹੈ ਜੀ। ਅਤੇ ਬਹੁਤ ਬਹੁਤ ਮੁਬਾਰਕਾਂ ਜੀ ਜਿਨ੍ਹਾਂ ਦੀ ਵੀ ਸਿਲੈਕਸ਼ਨ ਹੋਈ ਆ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਹਾਡੀ ਸਿਲੈਕਸ਼ਨ ਹੋਈ ਆ ਤਾਂ। ਅਤੇ ਇਹਦੇ 'ਚ ਮੈਂ ਤੁਹਾਨੂੰ ਮੇਰਾ ਵੀ ਕਲੀਅਰ ਕਰਦਾ ਕਿ ਮੇਰੀ ਖੁਦ ਦੀ ਵੀ ਇੰਟੈਲੀਜੈਂਸ ਦੇ ਵਿੱਚ ਸਿਲੈਕਸ਼ਨ ਹੋਈ ਆ, ਇੰਟੈਲੀਜੈਂਸ ਅਸਿਸਟੈਂਟ ਦੇ ਵਿੱਚ ਸਿਲੈਕਸ਼ਨ ਹੋਈ ਆ। ਅਤੇ ਪੰਜਾਬ ਪੁਲਿਸ ਵਿਭਾਗ ਦੇ ਵਿੱਚ ਮੇਰੀ ਇਹ ਤੀਜੀ ਪੋਸਟ ਹੈ, ਭਾਵ ਕਿ ਇਸ ਤੋਂ ਪਹਿਲਾਂ ਮੈਂ ਦੋ ਪੋਸਟਾਂ 'ਤੇ ਸਿਲੈਕਟ ਹੋਇਆ ਪੰਜਾਬ ਪੁਲਿਸ ਵਿਭਾਗ ਦੇ ਵਿੱਚ, ਅਤੇ ਇਹ ਮੇਰੀ ਤੀਜੀ ਸਿਲੈਕਸ਼ਨ ਹੈਗੀ ਹੈ ਜੀ ਪੰਜਾਬ ਪੁਲਿਸ ਵਿਭਾਗ ਦੇ ਵਿੱਚ। ਅਤੇ ਪਰਮਾਤਮਾ ਦੀ ਕਿਰਪਾ ਦੋਸਤੋ, ਮਿਹਨਤ ਹੈ, ਪਰਮਾਤਮਾ ਦੀ ਕਿਰਪਾ ਬਾਕੀ, ਠੀਕ ਹੈ। ਅਤੇ ਬਾਕੀ ਤੁਸੀਂ ਵੀ ਦੋਸਤੋ ਤਿਆਰੀ ਕਰਦੇ ਰਹੋ, ਕਿਉਂਕਿ ਤਿਆਰੀ ਦੇਖੋ ਜੇ ਤੁਸੀਂ ਕੰਟੀਨਿਊਟੀ ਬਣਾ ਕੇ ਰੱਖੋਗੇ ਕਦੇ ਨਾ ਕਦੇ ਤੁਹਾਨੂੰ ਤੁਹਾਡੀ ਮਿਹਨਤ ਨੂੰ ਜਿਹੜਾ ਮਿਹਨਤ ਦਾ ਮੁੱਲ ਹੈ ਉਹ ਜ਼ਰੂਰ ਪੈਂਦਾ, ਠੀਕ ਹੈ ਜੀ। ਮਿਹਨਤ ਨੂੰ ਜਿਹੜਾ ਫਲ ਹੈ ਉਹ ਜ਼ਰੂਰ ਲੱਗਦਾ। ਅਤੇ ਬਾਕੀ ਅਪਡੇਟਸ ਜਾਣਾ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।